ਹਾਂ ਪ੍ਰਿੰਸ ਹੈ ਭਰਾ ਨਹੀਂ ਤੂੰ ਮੇਰਾ ਭਰਾ ਮਨ ਜੱਪੀ ਪਾਦਾ ਜੱਪੀ ਪਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪ੍ਰਿੰਸ ਆ ਜੀ ਦੇਖੋ ਮਾਂ ਪਿਓ ਨੇ ਨਾਂ ਰੱਖਿਆ ਰਾਜਕੁਮਾਰਾਂ ਵਾਲਾ ਰਾਜਿਆਂ ਵਾਲਾ ਹਨ ਆਪਣੇ ਬੱਚੇ ਲਈ ਹਰ ਮਾਂ ਬਾਪ ਕੁਝ ਚੰਗਾ ਸੋਚਦੇ ਨੇ ਹਰ ਮਾਂ ਬਾਪ ਚਾਹੁੰਦੇ ਨੇ ਵੀ ਮੇਰਾ ਪੁੱਤ ਇੱਕ ਰਾਜਿਆਂ ਵਰਗੀ ਰਾਜਕੁਮਾਰ ਵਰਗੀ ਜ਼ਿੰਦਗੀ ਬਤੀਤ ਕਰੇ ਪਰ ਦੁੱਖ ਇਸ ਗੱਲ ਦਾ ਵੀ ਅੱਜ ਸਾਡਾ ਸਮਾਜ ਇਸ ਪੱਧਰ ਤੱਕਰ ਗਿਰ ਗਿਆ ਕਿ ਜਿਹੜਾ ਇਨਸਾਨ ਕਿਸੇ ਵਜ੍ਹਾ ਕਰਕੇ ਡਿੱਗ ਪੈਂਦਾ ਨਾ ਤੇ ਸਮਾਜ ਸਾਡਾ ਉਹਨੂੰ ਉਠਾਉਂਦਾ ਨਹੀਂ ਉਹਨੂੰ ਲਤੜ ਦਿੰਦਾ ਉਹਦੇ ਉੱਪਰ ਦੀ ਨਿੰਗਣਾ ਸ਼ੁਰੂ ਕਰ ਦਿੰਦਾ ਤੇ ਉਹੀ ਹਾਲਾਤ ਸਾਡੇ ਇਸ ਛੋਟੇ ਭਰਾ ਨਾਲ ਪ੍ਰਿੰਸ ਨਾਲ ਹੋਏ ਜਨੰਦਰ ਸ਼ਹਿਰ ਤੋਂ ਅਸੀਂ ਲੈ ਕੇ ਆਏ ਸੀ ਇਹਨੂੰ ਵੀਰ ਨੂੰ ਕਾ ਮੰਡੀ ਆ ਉੱਥੇ ਕੋਈ ਉੱਥੇ ਇਹ ਵੀਰ ਪੈਰ 'ਚ ਇਹਦੇ ਕੀੜੇ ਪਏ ਹੋਏ ਸੀ ਆ ਪੂਰਾ ਪੈਰ ਇਹਦਾ ਦੇਖੋ ਹੁਣ ਨਿਸ਼ਾਨ ਆ ਥੋੜਾ ਜਿਹਾ ਰਹਿ ਗਿਆ ਪੂਰਾ ਪੈਰ ਇਹਦਾ ਕੀੜਿਆਂ ਨੇ ਖਾਧਾ ਹੋਇਆ ਸੀਗਾ ਜਨਨ ਕਿ ਇਦਾਂ ਕੌਲੀ ਕੀੜੇ ਦੀ ਭਰ ਗਈ ਸੀ ਕੀੜਿਆਂ ਦੀ ਇੰਨੇ ਕੀੜੇ ਨਿਕਲੇ ਵਿਚਾਰੇ ਜਮਈ ਸਿੱਧਾ ਪੱਦਰ ਬੰਦਾ ਰੱਬ ਰੂਪੀ ਬੰਦਾ ਅੱਜ ਕੱਲ ਦਾ ਜਿਹੜਾ ਜ਼ਮਾਨਾ ਹੈ ਕਾਲ ਯੁਗ ਦਾ ਜ਼ਮਾਨਾ ਜਿਹੜਾ ਚਲਾਕ ਆ ਜਿਹੜਾ ਜਨਨ ਕਿ ਸ਼ੈਤਾਨ ਆ ਜਿਹੜਾ ਜਨਨ ਕਿ ਕਹਿ ਦਈਏ ਵੀ ਅੱਜ ਦੇ ਇਸ ਜ਼ਮਾਨੇ 'ਚ ਸਰਵਾਈਵ ਕਰ ਸਕਦਾ ਉਹੀ ਬੰਦਾ ਜਿਹਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਭਾਵਨਾ ਹੈ ਨੀਗੀ ਇਨਸਾਨੀਅਤ ਦੀ ਜਿੰਨੀ ਘੱਟ ਵਰਤੋਂ ਕਰੂਗਾ ਉਹਨਾਂ ਜ਼ਿਆਦਾ ਉੱਚਾ ਜਾਂਦਾ ਜਿਵੇਂ ਸਾਡੇ ਪੋਲਿਟਿਕਲ ਲੀਡਰਾਂ ਦੀ ਗੱਲ ਕਰ ਲਈਏ ਜਾਂ ਬਿਜ਼ਨਸਮੈਨ ਵੱਡੇ ਵੱਡੇ ਉਹਨਾਂ ਦੀ ਗੱਲ ਕਰ ਲਈ ਪਰ ਇਹ ਬੰਦਾ ਵਿਚਾਰਾ ਸਿੱਧ ਪੱਧਰਾ ਬੰਦਾ ਇਹਨਾਂ ਦੇ ਫਿਰ ਕੀੜੇ ਪੈਣੇ ਹਨ ਇਹ ਸਾਡੇ ਸਮਾਜ ਚ ਸਰਵਾਈਵ ਹੀ ਨਹੀਂ ਕਰ ਪਾਉਂਦੇ ਤੇ ਫਿਰ ਇਦਾਂ ਦੇ ਲੋਕਾਂ ਦੇ ਨਾਲ ਆਹੀ ਕੁਝ ਹੁੰਦਾ ਪਰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਤੁਸੀਂ ਵੀਡੀਓ ਦੇਖੀਆ ਪੂਰੀ ਵੀਡੀਓ ਅੱਗੇ ਵੀ ਦੇਖਿਓ ਜਿਆਦਾ ਲੰਬੀ ਨਹੀਂ ਅਸੀਂ ਛੋਟੀ ਜਿਹੀ ਇੱਕ ਵੀਡੀਓ ਪਾ ਰਹੇ ਹਾਂ ਤਾਂ ਜੋ ਕੋਈ ਸ਼ਾਇਦ ਹੋਰ ਬੰਦਾ ਮੋਟੀਵੇਟ ਹੋ ਸਕੇ ਪ੍ਰਿੰਸ ਦੀ ਜ਼ਿੰਦਗੀ ਦੇ ਵਿੱਚ ਜੋ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਹੋਰ بڑے ਪ੍ਰਿੰਸ ਨੇ ਇਦਾਂ ਦੇ ਜਿਹੜੇ ਵਿਚਾਰੇ ਇਦਾਂ ਦੀ ਜ਼ਿੰਦਗੀ ਬਤੀਤ ਕਰਦੇ ਨੇ ਮਾਪੇ ਦਾ ਮੌਤ ਤੋਂ ਬਾਅਦ ਭੈਣ ਭਰਾ ਕੋਈ ਹੈ ਨਹੀਂ ਸੀ ਅੱਗੇ ਪਿੱਛੇ ਕਿਸੇ ਨੇ ਸਾਥ ਨਹੀਂ ਦਿੱਤਾ ਇਕੱਲਾ ਵਿਚਾਰਾ ਮੈਂਟਲੀ ਅਫਸੈਟ ਇਦਾਂ ਉਸ ਏਰੀਆ 'ਚ ਘੁੰਮਦਾ ਰਹਿੰਦਾ ਸੀਗਾ ਤੇ ਸੱਟ ਲੱਗ ਗਈ ਪੈਰ ਤੇ ਕੀੜੇ ਪੈ ਗਏ ਫੇਰ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਕਿਰਪਾ ਕੀਤੀ ਉਸ ਵਾਹਿਗੁਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਉਸ ਭਗਵਾਨ ਨੇ ਸਾਡੀ ਡਿਊਟੀ ਲਈ ਉੱਥੋਂ ਸਾਡੇ ਟੀਮ ਦੇ ਮੈਂਬਰ ਆ ਆਪਣੇ ਦਮਨ ਵੀਰ ਹੁਣੀ ਉਹ ਸਾਡੇ ਕੋਲ ਲੈ ਕੇ ਆਏ ਪ੍ਰਿੰਸ ਨੂੰ ਤੇ ਪ੍ਰਿੰਸ ਦਾ ਉਦੋਂ ਦਾ ਸਾਡੇ ਕੋਲ ਟਰੀਟਮੈਂਟ ਚੱਲਦਾ ਸੀਗਾ ਤੇ ਅੱਜ ਤੁਸੀਂ ਦੇਖਦੇ ਹੋ ਪ੍ਰਿੰਸ ਬਿਲਕੁਲ ਠੀਕ ਆ 99% ਠੀਕ ਆ 1% ਕਿਤੇ ਮਾੜੀ ਜੀ ਕਮੀ ਹੈਗੀ ਆ ਉਹ ਇਹਦਾ ਸਿੱਧਾ ਪਾਣਾ ਉਹ ਇਹਦਾ ਇੱਕ ਕਹਿ ਦਈਏ ਸੁਥਰਾ ਪਾਣਾ ਤੇ ਵਾਹਿਗੁਰੂ ਮਿਹਰ ਕਰੇ ਸੱਚੇ ਪਾਸ਼ਾ ਤੇ ਇਹ ਵੀਰ ਆਪਣਾ ਆਉਣ ਵਾਲਾ ਜੀਵਨ ਚੰਗਾ ਗੁਜ਼ਾਰੇ ਸਾਡੇ ਨਾਲ ਰਹਿ ਕੇ ਸੇਵਾ ਵੀ ਕਰਾ ਰਿਹਾ ਵਰਤਨਾ ਦੀ ਸੇਵਾ ਕਰਦਾ ਪ੍ਰਸ਼ਾਦ ਦੀ ਵੀ ਸੇਵਾ ਵੀ ਕਰਦਾ ਜਿਦਾਂ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਦੇ ਵਿੱਚ ਤੇ ਅਸੀਂ ਹੱਥ ਜੋੜ ਕੇ ਅੱਜ ਇੱਕ ਬੇਨਤੀ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਇਆ ਪਲੀਜ਼ ਵੀਡੀਓ ਸ਼ੇਅਰ ਕਰਿਓ ਇਹਦਾ ਕੋਈ ਰਿਸ਼ਤੇਦਾਰ ਇਹਦਾ ਕੋਈ ਭੈਣ ਭਰਾ ਮਾਮਾ ਚਾਚਾ ਤਾਇਆ ਕੋਈ ਪਹਿਚਾਨ ਕੇ ਇਹਨੂੰ ਮਿਲਣੇ ਆ ਜਵੇ ਤਾਂ ਇਸ ਵੀਰ ਨੂੰ ਜਿਹੜੀ 1% ਕਮੀ ਆ ਉਹ ਵੀ ਦੂਰ ਹੋ ਜਵੇ ਤੇ ਸ਼ਾਇਦ ਕੋਈ ਵੀਡੀਓ ਨੂੰ ਦੇਖ ਕੇ ਆਪਣੇ ਆਸ-ਪਾਸ ਨਿਗਾਹ ਮਾਰਨੀ ਸ਼ੁਰੂ ਕਰ ਦੇਵੇ ਤੇ ਪ੍ਰਿੰਸ ਸਰਗੇ ਵੀਰਾਂ ਦੇ ਕੀੜੇ ਨਾ ਪੈਣ ਬਸ ਇੰਨੀ ਕੀ ਸਾਡੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ਹੈ ਫਰੈਂਸ ਕਿਵੇਂ ਆ ਫਿਰ